ਨੇਨ ਗਲੋਬਲ ਫਾਊਂਡੇਸ਼ਨ ਅਤੇ ਵੀ ਆਰ ਅੰਮ੍ਰਿਤਸਰ ਮਾਲ ਵੱਲੋਂ ਅੱਜ ਉਹ ਈਵੈਂਟ ਕਰਾਇਆ ਗਿਆ, ਉਸ ਦੀਆਂ ਤਸਵੀਰਾਂ ਤੁਹਾਡਾ ਸਾਂਝੀ ਕਰਦੇ ਹਾਂ ਆਪਾਂ ਗੱਲਬਾਤ ਕਰਾਂਗੇ ਪ੍ਰੈਜ਼ੀਡੈਂਟ ਧੀਰਜ ਗਿੱਲ ਨਾਲ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਕ੍ਰਿਸਮਸ ਦਾ ਤਿਉਹਾਰ ਹਰ ਜਗ੍ਹਾ ਮਨਾਇਆ ਜਾਂਦਾ ਅਤੇ ਇਸ ਵਾਰੀ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ ਬਹੁਤ ਹੀ ਯੂਨੀਕ ਤਰੀਕੇ ਨਾਲ ਮਨਾਇਆ ਗਿਆ। ਸਭ ਤੋਂ ਖਾਸ ਗੱਲ ਇੱਥੇ ਇਹ ਰਹੀ ਕਿ ਸਪੈਸ਼ਲ ਕਿਟਸ ਦੇ ਨਾਲ ਜੋ ਸੈਲੀਬ੍ਰੇਸ਼ਨ ਕੀਤੀ ਗਈ ਹੈ ਅਤੇ ਕਿਟਸ ਦੇ ਅੰਦਰ ਜੋ ਟੈਲੈਂਟ ਹੈ ਉਹ ਵੀ ਸਾਨੂੰ ਦੇਖਣ ਨੂੰ ਮਿਲਿਆ ਅਤੇ ਉਹ ਇੱਕ ਅਨੋਖਾ ਹੀ ਜਿਹੜੀ ਯਾਦਗਾਰ ਪਲਾਂ ਉਹ ਸਾਡੇ ਵਿੱਚ ਸੰਜੋਏ ਹੋਏ ਹਨ। ਤਾਂ ਧੀਰਜ ਜੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ, ਕ੍ਰਿਸਮਸ ਦਾ ਸੈਲੀਬ੍ਰੇਸ਼ਨ ਹਰ ਜਗ੍ਹਾ ਹੁੰਦੀ ਹੈ, ਇੱਕ ਯੂਨੀਕ ਆਈਡੀਆ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ? ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਈਡੀਆ ਦੱਸ ਦਾਂ ਕਿ ਸਭ ਤੋਂ ਪਹਿਲਾਂ ਮੈਨੂੰ VR ਦਾ ਬਹੁਤ ਬਹੁਤ ਸ਼ੁਕਰੀਆ, VR ਅੰਮ੍ਰਿਤਸਰ ਦਾ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤੀ ਹੈ। ਦੇਖੋ ਕਰਨ ਬਿਆਨ ਨਹੀਂ ਉਹਨਾਂ ਦਾ ਵਾ, ਬੜਾ ਸੰਯੋਗ ਮਿਲਿਆ ਸਾਨੂੰ ਉਹਨਾਂ ਵੱਲੋਂ। ਅਤੇ ਇਹ ਦੇਖੋ ਆਈਡੀਆ ਕੀ ਸੀ, ਅਸੀਂ ਦਿਵਾਲੀ ਦਾ ਵੀ ਫੰਕਸ਼ਨ ਕੀਤਾ ਸੀ ਸਪੈਸ਼ਲ ਬੱਚਿਆਂ ਦਾ, ਅਸੀਂ ਕੋਈ ਵੀ ਤਿਉਹਾਰ ਹੋਏ, ਸਾਡਾ ਬਰਥਡੇ ਹੋਏ, ਕੋਈ ਸਾਲਗਿਰਾ ਹੋਏ, ਸਾਡੀ NGO ਦਾ ਇਹੋ ਮਕਸਦ ਹੈ ਕਿ ਖੁਸ਼ੀਆਂ ਸਪੈਸ਼ਲ ਬੱਚਿਆਂ ਦੇ ਨਾਲ ਜਾਂ ਲੋੜਵੰਦ ਬੰਦਿਆਂ ਨਾਲ ਮਨਾਈਏ, ਬੱਚਿਆਂ ਨਾਲ ਮਨਾਈਏ, ਬਜ਼ੁਰਗਾਂ ਨਾਲ ਮਨਾਈਏ, ਸਾਨੂੰ ਆਸ਼ੀਰਵਾਦ ਮਿਲੇ, ਉਸ ਚੀਜ਼ ਦੀ ਸਾਨੂੂੰ ਖੁਸ਼ੀ ਮਿਲਦੀ ਆ। ਸਾਡੀ NGO ਦਾ ਇਹੋ ਪ੍ਰਸਾਸ ਆ ਕਿ ਕੋਈ ਨਾ ਅੱਛਾ ਅੱਛਾ ਇਵੈਂਟ ਹੋਵੇ। ਅਤੇ VR ਅੰਮ੍ਰਿਤਸਰ ਮਾਲ ਵੱਲੋਂ ਤੁਹਾਡਾ ਸਹਿਯੋਗ ਰਿਹਾ ਅਤੇ ਇਸ ਈਵੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲੇ ਨੈਨ ਗਲੋਬਲ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਨੇਕ ਉਪਰਾਲਾ ਕੀਤਾ ਇੱਥੇ ਅਤੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਵੀ ਇਸ ਨੇਕ ਕੰਮ 'ਚ ਉਹਨਾਂ ਦੇ ਨਾਲ ਜੁੜੀਏ। ਅਤੇ ਅਸੀਂ VR ਅੰਮ੍ਰਿਤਸਰ ਹਰ ਵੇਲੇ ਇਹ ਕੋਸ਼ਿਸ਼ ਕਰਦਾ ਕਿ ਆਪਣੇ ਕਸਟਮਰਸ ਨੂੰ, ਸ਼ਹਿਰ ਦੀ ਆਡੀਅੰਸ ਨੂੰ, ਅੰਮ੍ਰਿਤਸਰ ਵਾਸੀਆਂ ਨੂੰ ਕੁਛ ਨਵਾਂ ਅਤੇ ਕੁਛ ਇੰਟਰਸਟਿੰਗ ਦੇਈਏ। ਅਤੇ ਉਸੇ ਕੋਸ਼ਿਸ਼ ਦਾ ਇੱਕ ਪਾਰਟ ਹੈ ਵੈ ਜੋ ਅਸੀਂ ਇਹਨਾਂ ਨਾਲ ਮਿਲ ਕੇ ਕੀਤਾ। ਅਤੇ ਉਹਦੇ ਨਾਲ ਨਾਲ ਅਸੀਂ ਬਹੁਤ ਸਾਰੀ ਗੇਮਸ, ਇਵੈਂਟਸ, ਡੈਕੋਰੇਸ਼ਨ ਕੀਤੀ ਹੈ ਆਪਣੇ ਮੌਲ 'ਚ, ਜੋ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਪਸੰਦ ਆਏਗੀ ਅਤੇ ਉਹਨੂੰ ਪਸੰਦ ਕਰਨਗੇ। ਅਤੇ ਇਸ ਤਰ੍ਹਾਂ ਹੀ ਸਾਨੂੰ ਆਪਣਾ ਸਹਿਯੋਗ ਅਤੇ ਪਿਆਰ ਦਿੰਦੇ ਰਹਿਣਗੇ ਤਾਂ ਕਿ ਅਸੀਂ ਹੋਰ ਅੱਗੇ ਫਿਊਚਰ 'ਚ ਇਹੋ ਜਿਹੇ ਹੋਰ ਇਨੀਸ਼ੀਏਟਿਵਸ ਲੈਂਦੇ ਰਹੀਏ। ਬਹੁਤ ਵੱਡੀ ਗੱਲ ਕੀਤੀ, ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੋਣੇ ਚਾਹੀਦੇ ਆ। ਤਾਂ ਆਪਾਂ ਵਰੁਣ ਜੀ ਨੇ ਵੀ ਗੱਲ ਕਰਾਂਗੇ ਕਿ ਸਭ ਤੋਂ ਪਹਿਲਾਂ ਖਾਸ ਗੱਲ ਇਹ ਹੈ ਕਿ ਇੱਥੇ ਜਿਸ ਤਰ੍ਹਾਂ ਕਿ ਬੱਚਿਆਂ ਨਾਲ ਸੈਲੀਬ੍ਰੇਸ਼ਨ ਕੀਤੀ ਗਈ ਹੈ, ਖਾਸ ਖਾਸ ਤੋਹਫਾ ਜਿਹੜਾ ਬੱਚਿਆਂ ਨੂੰ ਦਿੱਤਾ ਗਿਆ ਕ੍ਰਿਸਮਸ ਦਾ, ਉਹ ਬੱਚੇ ਜਿਹੜੇ ਬੱਚੇ ਆਪਣੇ ਆਪ 'ਚ ਬਹੁਤ ਖਾਸ ਨੇ ਅਤੇ ਇਹ ਇਸ ਤਰ੍ਹਾਂ ਦਾ ਉਪਰਾਲਾ ਤਾਂ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਇਸ ਤਰ੍ਹਾਂ ਦਾ ਉਪਰਾਲਾ? ਕੋਈ ਵੀ ਕਿਸੇ ਤਰ੍ਹਾਂ ਦਾ ਤਿਉਹਾਰ ਆਵੇ, ਸਭ ਤੋਂ ਜ਼ਿਆਦਾ ਕ੍ਰੇਜ਼ ਬੱਚਿਆਂ 'ਚ ਹੁੰਦਾ ਜੀ, ਔਰ ਬੱਚਿਆਂ ਨੂੰ ਤਿਉਹਾਰ ਕਿਸੇ ਵੀ ਧਰਮ ਦਾ ਹੋਵੇ, ਹਰ ਧਰਮ ਦੇ ਤਿਉਹਾਰਾਂ ਨੂੰ ਬੜੀ ਅੱਛੀ ਤਰ੍ਹਾਂ ਮਨਾਉਣਾ ਚਾਹੀਦਾ ਔਰ ਬੱਚਿਆਂ ਨੂੰ ਮੈਸੇਜ ਦੇਣਾ। ਯਾਨੀ ਕਿ ਖੁਸ਼ੀਆਂ ਦੇ ਵਿੱਚ ਕੋਈ ਆੜੇ ਨਹੀਂ ਆਉਣਾ ਚਾਹੀਦਾ, ਖੁਸ਼ੀਆਂ ਸਾਰਿਆਂ ਦੇ ਸਾਂਝੀ ਹੁੰਦੀਆਂ। ਬਿਲਕੁਲ ਜੀ, ਖੁਸ਼ੀਆਂ ਸਾਰਿਆਂ ਦੀ ਸਾਂਝੀ ਹੁੰਦੀਆਂ ਔਰ ਹਰ ਇੱਕ ਫੈਸਟੀਵਲ ਦੀ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਉਹ ਸਭ ਤੋਂ ਪਹਿਲੇ ਬੱਚੇ ਮਨਾਉਂਦੇ ਗਏ ਆ। ਸੋ ਇਹ ਅੱਜ ਦਾ ਦਿਨ ਆਪਾਂ ਬੱਚਿਆਂ ਨਾਲ ਮਨਾਇਆ, ਉਹਨਾਂ ਨਾਲ ਗੇਮਸ ਖੇਡੀਆਂ ਗਈਆਂ, ਉਹਨਾਂ ਨਾਲ ਆਪਾਂ ਈਵਨਿੰਗ ਸਨੈਕਸ ਲਿੱਤੇ ਗਏ ਆ। ਸੋ VR ਅੰਮ੍ਰਿਤਸਰ ਮਾਲ ਨੇ ਦਾ ਬਹੁਤ ਜ਼ਿਆਦਾ ਥੈਂਕਸ ਹੈਗਾ ਜਿਨ੍ਹਾਂ ਨੇ ਸਾਨੂੰ ਆਪਣੀ ਸਪੇਸ ਪ੍ਰੋਵਾਈਡ ਕੀਤੀ ਹੈ, ਜਿੱਥੇ ਆਪਾਂ ਸਪੈਸ਼ਲ ਹੈ ਨਾ ਬੱਚੇ ਨਾਲ ਨਹੀਂ, ਹੋਰ ਜਿਹੜੇ ਵੀ ਬੱਚੇ ਇੱਥੇ ਵਿਜ਼ਿਟ ਕਰੇ ਆਪਾਂ ਉਹਨਾਂ ਨਾਲ ਸਾਰਿਆਂ ਨਾਲ ਲਾਜਿਕ ਹੈ ਜਿਹੜਾ ਫੈਸਟੀਵਲ ਹੈਗਾ ਉਹਨਾਂ ਨਾਲ ਮਨਾਇਆ ਗਿਆ ਜੀ। ਅਤੇ ਬਹੁਤ ਵੱਡੀ ਗੱਲ ਕੀਤੀ ਹੈ, ਬੱਚੇ ਰੱਬ ਦਾ ਰੂਪ ਹੁੰਦੇ ਆ ਅਤੇ ਇਹ ਸੈਲੀਬ੍ਰੇਸ਼ਨ ਜਿਹੜੀ ਹੈ ਉਹਨਾਂ ਬੱਚਿਆਂ ਨਾਲ ਮਨਾਇਆ ਗਿਆ। ਅਤੇ ਆਪਾਂ ਜਿਸ ਤਰ੍ਹਾਂ ਕਿ ਸੈਲੀਬ੍ਰੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਸੈਲੀਬ੍ਰੇਸ਼ਨ ਦੇ ਵਿੱਚ ਖੁਸ਼ੀਆਂ ਜਿਹੜੀਆਂ ਉਹ ਸਾਰਿਆਂ ਦੇ ਸਾਂਝੀਆਂ ਹੁੰਦੀਆਂ, ਖੁਸ਼ੀਆਂ ਦੇ ਵਿੱਚ ਕੋਈ ਆੜੇ ਨਹੀਂ ਆਉਣਾ ਚਾਹੀਦਾ ਜਿਸ ਤਰ੍ਹਾਂ ਕਿ ਸਾਨੂੰ ਦੱਸਿਆ ਗਿਆ। ਅਤੇ ਜਿਹੜੀਆਂ ਖੁਸ਼ੀਆਂ ਸਾਰਿਆਂ ਦੇ ਵਿੱਚ ਵੰਡਣੀ ਚਾਹੀਦੀ ਹੈ, ਅਤੇ ਖੁਸ਼ੀਆਂ ਵੰਡਣ ਦੇ ਹੋਰ ਕਿਹੜੇ ਕਿਹੜੇ ਜ਼ਰੀਏ ਜਿਹੜੀ ਕਿ ਖੁਸ਼ੀਆਂ ਨੂੰ ਦੁੱਗਣਾ ਕਰਦੇ ਨੇ? ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜਦੋਂ ਬੰਦਾ ਆਪਣੇ ਤੋਂ ਬਾਹਰ ਹੋ ਕੇ ਜਦੋਂ ਕੰਮ ਕਰਦਾ ਹੈ, ਜਿਸ ਅਸੀਂ ਆਪਣੀ ਲਾਈਫ 'ਚ ਦੇਖਦੇ ਹਾਂ ਸਾਰਿਆਂ ਨੂੰ ਆਪਣੀ ਫੈਮਿਲੀ ਜਾਂ ਆਪਣੇ ਨਾਲ ਹੀ ਬਹੁਤ ਜ਼ਿਆਦਾ ਪਿਆਰ ਹੁੰਦਾ ਅਤੇ ਉਹਦੇ ਵਿੱਚ ਹੀ ਖੁਸ਼ੀਆਂ ਵੰਡਦੇ ਹਨ। ਲੇਕਿਨ ਇਸ ਤਰ੍ਹਾਂ ਦਾ ਜਿਹੜਾ ਸਮਾਗਮ ਹੈ ਜਿਸ ਤਰ੍ਹਾਂ ਅਸੀਂ ਅੱਜ ਦੇਖਿਆ ਉਹਦਾ ਪਾਰਟ ਬਣੇ ਹਾਂ, ਉਹਦੇ ਵਿੱਚ ਅਸੀਂ ਆਪਣੇ ਤੋਂ ਬਾਹਰ ਹੋ ਕੇ ਜਦੋਂ ਸਾਰਿਆਂ ਦੇ ਨਾਲ ਖੁਸ਼ੀਆਂ ਵੰਡੀਆਂ ਅਤੇ ਉਹਦੇ ਨਾਲ ਜਿਹੜੀ ਸ਼ਾਂਤੀ ਅਤੇ ਸਕੂਨ ਹੈ ਉਹ ਬਹੁਤ ਵਧੀਆ ਮਿਲਿਆ। ਅਤੇ VR ਅੰਮ੍ਰਿਤਸਰ ਦਾ ਬਹੁਤ ਵੱਡਾ ਥੈਂਕਸ ਹੈ। ਇੱਕ ਤਾਂ ਕ੍ਰਿਸਮਸ ਟ੍ਰੀ ਦੀ ਮੈਂ ਗੱਲ ਕਰਾਂਗਾ, ਸਭ ਤੋਂ ਵੱਡਾ ਕ੍ਰਿਸਮਸ ਟ੍ਰੀ ਜਿਹੜਾ ਹੈਗਾ ਇੱਥੇ ਲੱਗਿਆ ਹੋਇਆ ਅਤੇ ਉਹਦੀ ਜਿਹੜੀ ਲੁੱਕ ਹੈ ਜਿਹੜੀ ਬਹੁਤ ਹੀ ਜ਼ਬਰਦਸਤ ਆਈ ਹੈ। ਅਤੇ ਅਸੀਂ ਜਿਹੜੇ ਸਪੈਸ਼ਲ ਚਿਲਡਰਨ ਹੈਗੇ ਜਿਹੜੇ ਰੱਬ ਦਾ ਰੂਪ ਹੁੰਦੇ ਆ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਅਸੀਂ ਖਾਣਾ ਖਾਧਾ ਅਤੇ ਉਹ ਜਿਹੜੀ ਖੁਸ਼ੀ ਗਈ ਸੀ ਨਾ, ਉਸ ਤੋਂ ਵੱਡੀ ਖੁਸ਼ੀ ਅੱਜ ਤੱਕ ਮੈਨੂੰ ਮਿਲੀ ਨਹੀਂ।
ਅਤੇ ਮੈਂ ਬਹੁਤ ਥੈਂਕਸ ਕਰਨਾ ਵਾਂ ਨੈਨ ਗਲੋਬਲ ਫਾਊਂਡੇਸ਼ਨ ਦਾ ਜਿਹਦਾ ਮੈਂ ਪਾਰਟ ਹਾਂ, ਅਤੇ ਵੀ ਆਰ ਅੰਮ੍ਰਿਤਸਰ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ। ਬਹੁਤ ਵਧੀਆ ਜੀ, ਕਿਉਂਕਿ ਇਹ ਜੋ ਹਿਊਮੈਨਿਟੀ ਹੈ ਜੋ ਕਿ ਲੋਕ ਸੇਵਾ ਹੈ ਉਹ ਸਭ ਤੋਂ ਵੱਡੀ ਪੂਜਾ ਹੁੰਦੀ ਹੈ, ਸਭ ਤੋਂ ਵੱਡੀ ਰੱਬ ਦੀ ਜਿਹੜੀ ਹੈ ਬੰਦਗੀ ਹੁੰਦੀ ਹੈ। ਜੇ ਆਪਾਂ ਇਨਸਾਨ ਦੀ ਸੇਵਾ ਕਰ ਦਈਏ, ਮਨੁੱਖਤਾ ਦੀ ਸੇਵਾ ਕਰ ਦਈਏ, ਅਤੇ ਨੈਨ ਗਲੋਬਲ ਫਾਊਂਡੇਸ਼ਨ ਮਨੁੱਖਤਾ ਦੀ ਸੇਵਾ ਕਰਦਾ ਚਲਾ ਆ ਰਿਹਾ, ਅਤੇ ਇਹ ਉਹਨਾਂ ਦਾ ਸਹਾਰਾ ਬੰਦਾ ਜਾ ਰਿਹਾ ਜਿਹਨਾਂ ਨੂੰ ਐਕਚੁਅਲ 'ਚ ਲੋੜ ਹੈ ਸਹਾਰੇ ਦੀ, ਅਤੇ ਇਹ ਇਨੀਸ਼ੀਏਟਿਵ ਲੈ ਕੇ ਜੋ ਕਿ ਅੱਗੇ ਵਧਿਆ ਜਾ ਰਿਹਾ ਅਤੇ ਬਹੁਤ ਹੀ ਵਧੀਆ ਸਰਾਂਗਲਾ ਯੋਗ ਜਿਹੜਾ ਇਨੀਸ਼ੀਏਟਿਵ ਲਿੱਤਾ ਗਿਆ ਹੈ। ਅਤੇ ਆਪਾਂ ਇਸ ਕੜੀ ਦੇ ਵਿੱਚ ਹੋਰ ਵੀ ਕੁਝ ਮੈਂਬਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਅਤੇ ਸੈਲੀਬ੍ਰੇਸ਼ਨ ਜਿਹੜੀ ਹੈ ਬਹੁਤ ਹੀ ਅੱਛੀ ਸੈਲੀਬ੍ਰੇਸ਼ਨ ਰਹੀ ਹੈ, ਅਤੇ ਇਹਦੇ ਵਿੱਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਹੈ, ਬੱਚਿਆਂ ਦੇ ਵਿੱਚ ਪੀਜ਼ਾ ਵੰਡਿਆ ਗਿਆ, ਸਨੈਕਸ, ਅਤੇ ਸਭ ਤੋਂ ਵੱਡੀ ਗੱਲ ਸਾਰੇ ਬੱਚਿਆਂ ਨੂੰ ਬੁਲਾ ਕੇ ਇੱਕ ਕੇਕ ਵੀ ਕੱਟਿਆ ਗਿਆ। ਅਤੇ ਇਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਹ ਸੈਲੀਬ੍ਰੇਸ਼ਨ ਸਾਡੇ ਲਈ ਵੀ ਬਹੁਤ ਮਤਲਬ ਵੱਡੀ ਸੈਲੀਬ੍ਰੇਸ਼ਨ ਹੈ, ਡਿਫਰੈਂਟ ਹੈ। ਮਤਲਬ ਬੱਚਿਆਂ ਦੇ ਜਿਹੜੇ ਚਿਹਰੇ 'ਤੇ ਅਸੀਂ ਖੁਸ਼ੀ ਵੇਖੀ ਹੈ ਨਾ, ਮਤਲਬ ਬਹੁਤ ਹੀ ਅੰਦਰ ਦਿਲੋਂ ਸਕੂਨ ਮਿਲਦਾ, ਔਰ ਇਹ ਸਿਰਫ ਨਯਨ ਗਲੋਬਲ ਫਾਊਂਡੇਸ਼ਨ ਹੀ ਕਰ ਸਕਦੇ ਆਈ ਥਿੰਕ। ਔਰ ਬਹੁਤ ਮਜ਼ਾ ਆਇਆ, ਬਹੁਤ ਇੰਜੋਏ ਕੀਤਾ, ਅਸੀਂ ਵੀ ਇੰਜੋਏ ਕੀਤਾ ਬੱਚਿਆਂ ਨਾਲ, ਬਹੁਤ ਇੰਜੋਏ ਕੀਤਾ। ਲਵ ਇਹ ਚੀਜ਼ ਨੂੰ ਮੰਨਦੇ ਹੋ ਤੁਸੀਂ ਕਿ ਖੁਸ਼ੀ ਵੰਡਣ ਦੇ ਵਿੱਚ ਖੁਸ਼ੀ ਦੁੱਗਣੀ ਹੋ ਜਾਂਦੀ? ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਹੁੰਦਾ। ਅਸੀਂ ਦੀਵਾਲੀ ਵੀ ਸੈਲੀਬ੍ਰੇਸ਼ਨ ਕੀਤੀ ਸੀ ਆ ਬੱਚਿਆਂ ਨਾਲ, ਹੁਣ ਸੈਕਿੰਡ ਇਵੈਂਟ ਹੈ ਸਾਡਾ, ਅਤੇ ਬਟ ਦਿਲੋਂ ਖੁਸ਼ੀ ਹੋਈ ਆ, ਸੀਰੀਅਸਲੀ ਦਿਲੋਂ, ਔਰ ਨੈਕਸਟ ਵੀ ਜਲਦੀ ਕਰਾਂਗੇ। ਇਹ ਬਹੁਤ ਵਧੀਆ ਗੱਲ ਹੈ, ਨੈਕਸਟ ਵੀ ਜਲਦੀ ਕਰਨਗੇ। ਅਤੇ ਹੋਰ ਖੁਸ਼ੀਆਂ ਵੰਡਣ ਦੇ ਵਿੱਚ ਹੋਰ ਕਿਹੜੇ ਕਿਹੜੇ ਉਪਰਾਲੇ ਤੁਹਾਡੇ ਅੱਗੇ ਕਰਨੇ ਆਪਾਂ? ਸਰ, ਅੱਗੇ ਸਾਡਾ ਮਤਲਬ ਨਿਊ ਈਅਰ ਦਾ ਆ ਰਿਹਾ, ਕ੍ਰਿਸਮਿਸ ਆਪਣਾ ਲੋਹੜੀ ਆ ਰਹੀ ਹੈ, ਅਤੇ ਅਸੀਂ ਇਸ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਵਾਸੀਆਂ ਕੋਲ ਪਿਆਰ ਲੈਂਦੇ ਰਹਾਂਗੇ, ਅਤੇ ਅਸੀਂ ਤਾਂ ਇਹੀਓ ਮੈਸੇਜ ਦੇਵਾਂਗੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕਿ ਸਾਡੇ ਨਾਲ ਜੁੜਨ, ਜਿਸ ਤਰ੍ਹਾਂ ਵੀ ਜੁੜ ਸਕਦੇ ਨੇ, ਅਤੇ ਅਸੀਂ ਬਹੁਤ ਵਧੀਆ ਉਪਰਾਲੇ ਅੱਗੇ ਲੈ ਕੇ ਆ ਰਹੇ ਹਾਂ। ਹਾਂਜੀ ਹਾਂ, ਹੁਣ ਆਪਾਂ ਨੈਕਸਟ ਆਪਾਂ ਕੰਬਲ ਵੰਡਣ ਜਾ ਰਹੇ ਹਾਂ ਇੱਕ ਵਾਲੀ 2-4 ਦਿਨਾਂ ਦੇ ਵਿੱਚ, ਅਤੇ ਤੁਹਾਡੇ ਸਹਿਯੋਗ ਨਾਲ ਆਪਾਂ ਲੋਕਾਂ ਨੂੰ ਮੈਸੇਜ ਦੇਵਾਂਗੇ। ਵਧਦਾ ਰਹੇਗਾ ਅਤੇ ਇਹਨਾਂ ਦੇ ਉਪਰਾਲੇ ਵੀ ਵਧਦੇ ਰਹਿਣਗੇ, ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਅੱਜ ਕ੍ਰਿਸਮਸ ਸੈਲੀਬ੍ਰੇਸ਼ਨ ਹੈ ਅਤੇ ਸਰਦੀ ਆ ਚੁੱਕੀ ਹੈ, ਅਤੇ ਜਿਸ ਤਰ੍ਹਾਂ ਕਿ ਇਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਬਹੁਤ ਹੀ ਜਲਦੀ ਇਹਨਾਂ ਵੱਲੋਂ ਸਰਦੀਆਂ ਦੇ ਕੰਬਲ ਵੀ ਵੰਡੇ ਜਾਣਗੇ, ਅਤੇ ਹਿਊਮਨਿਟੀ ਨੂੰ ਅੱਗੇ ਲੈਂਦੇ ਹੋਏ ਹਰ ਇੱਕ ਉਪਰਾਲਾ ਕਰਦੇ ਹੋਏ ਨੈਨ ਗਲੋਬਲ ਫਾਊਂਡੇਸ਼ਨ ਅਤੇ ਉਹਨਾਂ ਦੀ ਟੀਮ ਜਿਹੜੀ ਆ ਹਮੇਸ਼ਾ ਅੱਗੇ ਵੱਧਦੀ ਹੈ। ਅਤੇ ਅੱਜ ਅਸੀਂ ਖਾਸ ਕਰ ਇਸ ਈਵੈਂਟ ਨੂੰ ਸੈਲੀਬ੍ਰੇਟ ਕੀਤਾ ਵੀ ਆਰ ਅੰਮ੍ਰਿਤਸਰ ਮਾਲ ਦੇ ਵਿੱਚ, ਜਿੱਥੇ ਕਿ ਇਹ ਕ੍ਰਿਸਮਸ ਸੈਲੀਬ੍ਰੇਸ਼ਨ ਅੱਜ ਸੰਡੇ ਵਾਲੇ ਦਿਨ ਕੀਤਾ ਗਿਆ ਇੱਥੇ, ਅਤੇ ਬਹੁਤ ਹੀ ਖਾਸ ਪਲ ਜਿਹੜੇ ਆ ਇਹ ਸੰਜੋਏ ਆ ਬੱਚਿਆਂ ਦੇ ਨਾਲ, ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਲਾਈਵ ਬਾਰ। ਜੈ ਹਿੰਦ, ਜੈ ਭਾਰਤ।